ਤਾਂ ਸੁਣੀਆਂ ਨੇ ਪਹੁੰਚੇ ਉਦਰੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੁਹਾਨੂੰ ਘੋਨੇਵਾਲ ਦੀਆਂ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹਨਾਂ ਨੇ ਦੋ ਮੁਸ਼ਕਲਾਂ ਦੱਸੀਆਂ, ਪਹਿਲੀ ਧੁੱਸੀ ਡੈਮ, ਕਿਉਂਕਿ 5500 ਏਕੜ ਦੀ ਜਿਹੜੀ ਫਸਲ ਹੈ ਉਹ ਡੁੱਬ ਜਾਂਦੀ ਹਰ ਸਾਲ ਜਦੋਂ ਰਾਵੀ ਦਰਿਆ ਚੜ੍ਹਦਾ ਆ, ਅਤੇ ਥੋੜ੍ਹਾ ਹੀ ਇਹ ਏਰੀਆ ਕਹਿੰਦੇ ਕਿ 24 ਕੁ ਪਿੰਡ ਹੈਗੇ ਜਿਹੜੇ ਇਸ ਰਾਮਦਾਸ ਤਹਿਸੀਲ 'ਚ ਆਉਂਦੇ ਨੇ ਅਤੇ ਰਵੀ ਦੇ ਦਰਿਆ ਦੇ ਨਾਲ ਨਾਲ ਨੇ ਇਹ ਸਾਰੇ ਪਿੰਡ ਜਿਹੜੇ ਨੇ ਉਹਨਾਂ ਦੇ, ਇਹਨਾਂ ਨੇ ਮੈਨੂੰ ਨਾਂ ਦਿੱਤੇ ਨੇ ਅਤੇ ਮੈਂ ਆਹ ਜਿਹੜਾ ਇਸ਼ੂ ਹੈ ਇਹ ਸੈਂਟਰਲ ਗਵਰਨਮੈਂਟ 'ਚ ਟੇਕ ਓਵਰ ਕਰਾਂਗਾ। ਆਪਣੇ ਸਾਡੇ ਜਿਹੜੇ ਵਾਟਰ ਰਿਸੋਰਸਿਸ ਦੇ ਮਿਨਿਸਟਰ ਨੇ ਅਤੇ ਵਾਟਰ ਦੇ ਸੈਕਟਰੀ ਵੀ ਪੰਜਾਬ ਕਾਡਰ ਦੇ ਹੀ ਨੇ, ਉਹਨਾਂ ਦੋਵਾਂ ਨਾਲ ਇਮੀਡੀਏਟਲੀ ਟੇਕ ਓਵਰ ਕਰਾਂਗਾ। ਅਤੇ ਇੱਕ ਵਾਰੀ ਇੱਥੋਂ ਮੈਂ ਇਲੈਕਟ ਹੋ ਗਿਆ ਅਤੇ ਡਟ ਕੇ ਇਹ ਚੀਜ਼ ਕਰਵਾਵਾਂਗੇ। ਦੂਸਰੀ ਗੱਲ, ਇਹਨਾਂ ਨੇ ਬਾਰਬਡ ਵਾਇਰ ਦੀ ਗੱਲ ਕੀਤੀ ਹੈ ਕਿ ਉਹ ਜ਼ੀਰੋ ਲਾਈਨ 'ਤੇ ਸ਼ਿਫਟ ਹੋਵੇ ਤਾਰ, ਅਤੇ ਇਹ ਜਿਹੜੀ ਤਾਰ ਦੀ ਗੱਲ ਹੈ ਇਹਦੇ 'ਚ ਕਈ ਹੋਰ ਛੋਟੀਆਂ ਚੀਜ਼ਾਂ ਵੀ ਜੁੜੀਆਂ ਹੋਈਆਂ ਨੇ, ਖਾਸ ਤੌਰ 'ਤੇ ਜਦੋਂ ਹੁਣ ਫਸਲਾਂ ਪੱਕਣਗੀਆਂ ਅਤੇ ਉਹ ਵੀ ਅਤੇ ਇਹਨੂੰ ਵੀ ਜਿਹੜੇ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟ ਨੇ ਜਿਹੜੇ ਇਹਨਾਂ ਨਾਲ ਡੀਲ ਕਰਦੇ ਆ ਉਹਨਾਂ ਨਾਲ ਲੈ ਕੇ ਅਤੇ ਇਹਦਾ ਵੀ ਪੱਕਾ ਹੱਲ ਆਪਾਂ ਕੱਢਾਂਗੇ। ਮੈਂ ਪਹਿਲਾਂ ਹੋਮ ਮਿਨਿਸਟਰ ਸਾਹਿਬ ਨਾਲ ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਇਹਦੇ ਬਾਰੇ ਗੱਲ ਕੀਤੀ ਸੀ ਜੋ ਮੈਨੂੰ ਥੋੜ੍ਹਾ ਬਹੁਤਾ ਪਤਾ ਲੱਗਾ ਸੀ। ਮੈਨੂੰ ਯਕੀਨ ਹੈ ਕਿ ਆਹ ਚੀਜ਼ਾਂ ਸਾਡੇ ਜ਼ਿਮੀਂਦਾਰਾਂ ਲਈ ਉਹ ਰਿਜ਼ੋਲਵ ਕਰਨਗੇ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੀਆਂ ਮੁਸ਼ਕਲਾਂ ਸਾਡੇ ਕਿਸਾਨਾਂ ਦੀਆਂ ਗਰਾਊਂਡ 'ਤੇ ਨੇ ਪਰ ਖਾਸ ਤੌਰ 'ਤੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਨੇ ਉਹ ਸਾਰੀਆਂ ਬਿਲਕੁਲ ਕੇਂਦਰ ਸਰਕਾਰ ਨਾਲ ਔਰ ਹੋਰ ਵੀ ਜਿੱਥੇ ਹਾਈਲਾਈਟ ਕਰਨੀਆਂ ਉਹ ਪੱਕਾ ਟੇਕ ਅਪ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਸਾਡਾ ਮਕਸਦ ਇੱਕ ਹੈ, ਉਹ ਮਕਸਦ ਹੈ ਕਿ ਕਿਸਾਨਾਂ ਦੀ ਆਮਦਨੀਆਂ ਵਧਣ ਅਤੇ ਉਹ ਕਿਤਨਾ ਅਤੇ ਜਿਤਨਾ ਵੀ ਵਧਣ ਉਹ ਸਾਰੇ ਆਲਟਰਨੇਟਿਵਸ 'ਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਉਤਰਾ ਦਾ ਹੀ ਇੱਕ ਆਲਟਰਨੇਟਿਵ ਹੈਗਾ ਇੱਥੋਂ ਦਾ ਜਿਹੜਾ ਏਅਰ ਕਾਰਗੋ ਫੈਸਿਲਿਟੀ ਹੈ 20% ਚੱਲ ਰਹੀ ਹੈ। ਹੁਣੇ ਮੈਨੂੰ ਕਿਸਾਨਾਂ ਨੇ ਦੱਸਿਆ ਕਿ ਅਗਰ ਇੱਥੇ ਡੈਮ ਲੱਗ ਜਾਊਗਾ ਤਾਂ ਕੋਈ ਵੀ ਸਬਜ਼ੀ ਇੱਥੇ ਉਗਾ ਸਕਦੇ ਆ। ਤੁਸੀਂ ਹਿਸਾਬ ਲਗਾਓ, ਅਗਰ ਇੱਥੇ ਮਟਰ ਉਗਾਉਂਦੇ ਨੇ ਤਾਂ 30 ਰੁਪਈਏ 35 ਰੁਪਈਏ ਦਾ ਇਸ ਇਲਾਕੇ 'ਚ ਵਿਕਦਾ ਆ ਜਾਂ ਅੰਮ੍ਰਿਤਸਰ 'ਚ ਵਿਕਦਾ ਆ, ਉਹ ਇਸ ਵੇਲੇ ਡੁਬਈ 'ਚ 350 ਰੁਪਈਏ ਆ ਔਰ ਇੰਗਲੈਂਡ 'ਚ 1300 ਰੁਪਈਆ। ਤੁਸੀਂ ਖੁਦ ਹੀ ਹਿਸਾਬ ਕਿਤਾਬ ਲਗਾ ਲਓ ਇਹਨਾਂ। ਠੀਕ ਹੈ ਜੀ, ਥੈਂਕ ਯੂ ਜੀ।